ਗਾਲੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ, ਵੈਲਕਮ ਬੈਕ ਟੂ ਅਵਰ ਚੈਨਲ। ਤੇ ਆਹ ਵੇਖੋ ਮੰਦਰ ਚੱਲੇ ਜੀ, ਉਹਨਾਂ ਨੇ ਮੰਦਰ ਜਾਣਾ ਤੇ ਬਾਬੇ ਘਰ ਤਿਆਰ ਹੋ ਗਏ ਜਾਣ ਦੇ, ਆਰਾਮ ਨਾਲ ਫੰਡੇ ਖਿਲਰੇ ਆਂਟੀ ਕਹਿੰਦੇ ਤਰੇਲਾ ਚੰਬੜ ਜਾਣੀ, ਸ਼ਮਸ਼ਾਨ ਘਾਟ ਕੋਲੋਂ ਲੰਘਣਾ ਹੁੰਦਾ ਤਰੇਲਾ ਚੰਬੜ ਦੀਆਂ। ਜਗ੍ਹਾ ਜਾਮ ਰੱਖੋ ਕਿੰਨਾ, ਪਹਿਲਾਂ ਪਾਥਰੋ ਜਾਂਦੇ ਨੇ, ਹਾਂ ਅੱਜ ਬਾਹਰ ਥੱਲੇ ਸੜਕੋ ਸੜਕੀ ਫਿਰ ਧੱਕੋ ਧੱਕੀ ਕੰਮ ਹੋਣਾ ਜੇ ਵੇਖ ਲਿਓ ਹਨਾ। ਸਾਡੇ ਬੰਦੇ ਨੂੰ ਨਿਕਲਣ ਜੋਗੀ ਥਾਂ ਨੀ ਮਿਲਣ ਦੀ, ਇੰਨੀ ਰਸ਼ ਪੈ ਗਿਆ ਅੱਜ। ਹੈਲੋ ਵੱਜਾ ਜੀ, ਧੱਕੋ ਧੱਕੀ ਕੰਮ ਹੋਇਆ ਵਿਆ ਜੀ ਅੱਜ। ਹੁਣ ਜਾਂਦੇ ਪਏ ਆ ਮੰਦਰ ਨੂੰ, ਵੇਖੋ ਰਾਹ 'ਚ ਕਿੰਨੀਆਂ ਕੁ ਤਕਲੀਫਾਂ ਮਿਲਦੀਆਂ, ਕਿਉਂ ਪਰ ਮਜ਼ਾ ਵੀ ਆ ਮਾਹੌਲ 'ਚ ਆਉਂਦਾ ਇਹ ਜਾਣ ਦਾ। ਉਹ ਵੇਖੋ ਰਾਵਣ ਦਾ ਸਿਰ ਬਣ ਗਿਆ ਜੀ, ਧੜ ਵਗੈਰਾ ਵੇਖ ਲਓ ਸਾਰਾ ਬਣਨ ਦਿਆ, ਰਾਵਣ ਦਾ ਸਿਰ ਬਣ ਗਏ ਆ ਉਹ ਦਸ ਸਿਰ। ਕਿਉਂ ਜਾਂਦੇ ਪਏ ਆ ਰਾਹ 'ਚ, ਚਲੋ ਲਾ ਲਓ ਕਾਫੀ ਰਸ਼ ਹੈਗਾ, ਇੱਦਾਂ ਲਾ ਲਓ ਦੋ ਤਿੰਨ ਦਿਨ ਨਹੀਂ ਰਿਹਾ ਤੁਹਾਨੂੰ ਨਹੀਂ ਆਇਆ ਬਣਾਉਂਦਾ ਜੀ, ਹੁਣ ਰਸ਼ ਵਾਧੂ ਹੀ ਅੱਜ, ਕਿਉਂਕਿ ਅੱਜ ਨਿਕਲੇ ਵਾਹਵਾ ਟਾਈਮ, ਫਿਰ ਟਾਈਮ ਹੋਇਆ ਜੇ ਰੱਬ ਤੁਹਾਡਾ ਭਲਾ ਕਰੇ। ਸਵਾ ਅੱਠ ਅੱਗੇ ਨਿਕਲਦੇ ਹਾਂ, 9:30 10:30 ਆਹੋ ਰਾਵਣ ਤਿਆਰ ਹੁੰਦੇ ਪਏ ਜੀ, ਪੈਰ ਵੇਖੋ ਕਿੱਡੇ ਕਿੱਡੇ ਵੱਡੇ ਜੀ। ਸਵਾ 8 ਹੋ ਗਏ, ਅੱਜ ਅਸੀਂ ਨਿਕਲ ਗਏ ਹਾਂ ਥੋੜ੍ਹਾ ਟਾਈਮ ਸਿਰ, ਟਾਈਮ ਸਿਰ ਜਾਵਾਂਗੇ ਅਤੇ ਟਾਈਮ ਸਿਰ ਘਰ ਆਵਾਂਗੇ, ਕਿਉਂਕਿ ਯਾਰ ਕਿੰਨੇ ਦਿਨ ਹੋ ਗਏ ਆ ਟਾਈਮ ਸਿਰ ਜਾਂਦੇ ਨਹੀਂ ਆ ਪਏ, ਅਤੇ ਕਾਫੀ ਟਾਈਮ ਲੱਗਣ ਦਿਆ ਸੀ ਸਾਨੂੰ ਰਾਤੀ ਯਾਰ, 11:30 ਇੱਕ ਵੱਜ ਜਾਂਦਾ ਸੀ ਘਰ ਜਾਂਦਿਆਂ ਨੂੰ, ਅਤੇ ਫਿਰ ਥੋੜ੍ਹਾ ਅੱਜ ਟਾਈਮ ਸਿਰ ਨਿਕਲੇ ਆ, ਦੇਖੋ ਕੀ ਬਣਦਾ, ਕਿਤੇ ਲੋਕਾਂ ਨੂੰ ਕਾਹਲੀ ਬੜੀ ਜਾਣ ਦੀ। ਬਾਬਾ ਜੀ ਨੇ ਵੇਖ ਲਓ ਟਰੈਕਟਰ ਦੇ ਡੈੱਕ ਲਾਏ, ਮੈਂ ਕਹਿੰਦਾ ਨਜ਼ਾਰੇ ਲੈਂਦੇ ਜਾਣਦੇ ਬਾਬਾ ਜੀ। ਸੋ ਹਾਂਜੀ, ਮੰਦਰ ਦੇ ਅੰਦਰ ਪਾ ਚੁੱਕੇ ਹੋਏ ਹਾਂ, ਕੱਲ੍ਹ ਵਾਲੀ ਜਗ੍ਹਾ 'ਤੇ ਹੀ ਰਸ਼ ਅੱਜ ਹੈਗਾ ਸੀਗਾ, ਫੁੱਲ ਆ ਮਤਲਬ ਕਿ ਜਿਵੇਂ ਪਹਿਲੇ ਨਰਾਤੇ ਸੀਗਾ ਨਾ ਉਸ ਤਰ੍ਹਾਂ ਹੀ ਆ, ਬਾਕੀ ਝਾਕੀ ਦੇ ਨਾਲ ਨਾਲ ਹੀ ਆਏ ਸੀ ਆਪਾਂ, ਬਾਕੀ ਅੰਦਰ ਜਾ ਕੇ ਮਿਲਦੇ ਹਾਂ, ਅੰਦਰ ਜਾ ਕੇ ਤੁਹਾਨੂੰ ਮਿਲਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ ਜੋ ਵੀ ਆ। ਸਰਦਾਰ ਜੀ ਚੱਲੇ ਨੇ ਆਪਣੇ ਸ਼ਿਵਸਥਾਨ, ਇੱਕ ਕਹਿੰਦਾ ਅੱਜ ਫੇਰ ਕਿਤੇ ਗੁਆਚ ਜਾਣੇ, ਜੋੜਾ ਘਰ 'ਚ ਹੀ ਲਾ ਲਈਏ ਆਪਾਂ, ਹੈਨਾ ਕਹਿੰਦਾ ਵਧੀਆ ਵਾਲੇ ਕਹਿੰਦਾ ਤਾਂ ਕਰਕੇ, ਬਾਕੀ ਸ਼ੂਜ਼ ਵਗੈਰਾ ਉਤਾਰਦਾ ਉਹ, ਅਤੇ ਬਾਕੀ ਆਪਾਂ ਦੇਖਦੇ ਹਾਂ, ਬਾਕੀ ਤੁਹਾਨੂੰ ਅੱਜ ਤਾਂ ਜ਼ਰੂਰ ਝਾਕੇ ਆ ਵਧੀਆ ਵਾਧੂ ਵਿਖਾਵਾਂਗੇ, ਲਾਗੇ ਮਿਲਦੇ ਆਪਾਂ। Thank you.
ਪਾਉ ਵੀ ਆ ਕੇ ਥੱਕ ਗਿਆ ਡੀਜੇ ਡੂਜੇ ਲੈ ਕੇ ਸੋ ਲੱਗਾ ਮੈਂ ਵੀ ਚੱਲਾ ਘਰ ਤੇ ਚੱਲੀ ਆਪਾਂ ਵਲੋਗ ਨੂੰ ਵੀ ਐਂਡ ਕਰੀਏ ਜਾ ਕੇ ਛਿੱਤਰ ਦਿਖਾਵੇ ਚੱਲੀ ਆਪਾਂ ਘਰ ਹੁਣ ਅਗਲੇ ਵਲੋਗ 'ਚ ਬਾਏ ਬਾਏ ਟਾਟਾ ਸੀ ਯੂ